ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕਮ। ਅੱਜ ਮੈਂ ਤੁਹਾਡੇ ਵਾਸਤੇ ਇੱਕ ਕਾਲਰ ਲੈ ਕੇ ਆਈ ਹਾਂ। ਕਾਲਰ ਦਾ ਡਿਜ਼ਾਇਨ ਹੈ ਇਸ ਤਰ੍ਹਾਂ, ਗੁਲਾਈ ਵਿੱਚ ਬਣ ਕੇ ਇਸ ਤਰ੍ਹਾਂ ਇਹ ਕਾਲਰ ਦਾ ਡਿਜ਼ਾਇਨ ਬਣਿਆ ਇਸ ਤਰ੍ਹਾਂ। ਜਿਸ ਤਰ੍ਹਾਂ ਤੁਸੀਂ ਬਣਾਉਣਾ ਚਾਹੋ, ਜਿਸ ਵੱਡਾ ਬਣਾਉਣਾ ਹੋਵੇ ਤਾਂ ਉੱਥੇ ਗਲੇ ਦਾ ਨਾਪ ਕਰ ਲਓ, ਚੇਨ ਬਣਾ ਕੇ ਗਲੇ ਦਾ ਨਾਪ ਕਰ ਲਓ। ਅਗਰ ਜੇ ਬੱਚੇ ਦਾ ਬਣਾਉਣਾ, ਜਿਸ ਦਾ ਵੀ ਬਣਾਉਣਾ, ਤੁਸੀਂ ਗਲੇ ਦਾ ਨਾਪ ਕਰਕੇ ਚੇਨ ਬਣਾ ਕੇ ਚੇਨ ਦਾ ਗਲੇ ਦਾ ਨਾਪ ਕਰ ਲੈਣਾ, ਅਤੇ ਤੁਸੀਂ ਇਹ ਸਟਾਰਟ ਕਰ ਲੈਣਾ। ਤੁਸੀਂ ਬਣਾਉਣਾ ਦੱਸਣੇ ਸਭ ਤੋਂ ਪਹਿਲੇ ਆਪਾਂ ਚੇਨ ਬਣਾਵਾਂਗੇ। ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੋਲ੍ਹਾਂ। ਸੋਲ੍ਹਾਂ ਚੇਨ ਬਣਾ ਕੇ ਇੱਕ, ਦੋ, ਤਿੰਨ, ਚਾਰ, ਪੰਜ, ਪੰਜ ਬਣਾ ਕੇ ਇੱਕ, ਦੋ, ਤਿੰਨ, ਚਾਰ, ਪੰਜ, ਇਹ ਛੇਵੀਂ ਚੋਂ ਇਸ ਤੋਂ ਡਬਲ ਕਰੋਸ਼ੀਆ ਆਪਾਂ ਡਬਲ ਕਰੋਸ਼ੀਆ ਇੱਕ ਛੱਡ ਕੇ ਇਸ ਤਰ੍ਹਾਂ ਇੱਕ ਚੇਨ ਛੱਡ ਕੇ ਅਗਲੀ ਚੇਨ ਦੇ ਵਿੱਚੋਂ ਫਿਰ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਫਿਰ ਦੋ ਚੇਨ ਬਣਾ ਕੇ ਵਾਪਸ ਇੱਥੇ ਹੀ ਦੇ ਵਿੱਚ ਇੱਥੇ ਡਬਲ ਕਰੋਸ਼ੀਆ ਫਿਰ ਡਬਲ ਕਰੋਸ਼ੀਆ ਇੱਕ ਚੇਨ ਛੱਡ ਕੇ ਅਗਲੀ ਚੇਨ 'ਚ ਡਬਲ ਕਰੋਸ਼ੀਆ ਦੋ ਚੇਨ ਬਣਾ ਕੇ ਫਿਰ ਡਬਲ ਕਰੋਸ਼ੀਆ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਸਾਰਾ ਇੱਥੇ ਤੱਕ ਇਸੇ ਤਰ੍ਹਾਂ ਹੀ ਬਣਾਉਣਾ ਹੈ। ਇੱਕ ਛੱਡ ਕੇ ਇਸ ਤਰ੍ਹਾਂ ਦੋ ਚੇਨ ਬਣਾ ਕੇ ਇਸੇ ਤਰ੍ਹਾਂ ਹੀ ਸਾਰਾ ਇਸੇ ਤਰ੍ਹਾਂ ਬਣਾਉਣਾ। ਸਾਰਾ ਆਪਣਾ ਰਾਊਂਡ ਮੁਕੰਮਲ ਹੋ ਗਿਆ ਇੱਥੋਂ ਸਟਾਰਟ ਤੋਂ ਇਸ ਤੱਕ। ਇਸ ਤਰ੍ਹਾਂ ਆਪਾਂ ਵਾਪਸ ਆਵਾਂਗੇ। ਵਾਪਸ ਇੱਕ, ਦੋ, ਤਿੰਨ, ਦੋ ਚੇਨ, ਦੋ ਡਬਲ ਕਰੋਸ਼ੀਆ। ਪਹਿਲੇ ਆ ਇੱਕ ਡਬਲ ਕਰੋਸ਼ੀਆ ਸੀ, ਇੱਕ ਸੀ, ਹੁਣ ਅੱਗੇ ਦੋ ਡਬਲ ਕਰੋਸ਼ੀਆ ਅੱਗੇ ਵਿੱਚੋਂ ਦੋ ਡਬਲ ਕਰੋਸ਼ੀਆ ਇਸ ਅਗਲੇ ਵਿੱਚੋਂ ਇਸੇ ਤਰ੍ਹਾਂ ਦੋ ਚੇਨ, ਦੋ ਡਬਲ ਕਰੋਸ਼ੀਆ ਪਹਿਲਾਂ ਇੱਕ ਇੱਕ ਫਿਰ ਦੋ ਦੋ ਜੀ ਬਣਾਉਣ ਲੱਗਿਆ ਗਲੇ ਦਾ ਨਾਪ ਕਰ ਲਓ, ਜਾਂ ਤੁਸੀਂ ਜਰਸੀ ਸਵੈਟਰ ਦੇ ਉੱਤੇ ਗਲਾ ਬਣਾਉਣਾ ਚਾਹੋ ਤਾਂ ਉਹਦੇ ਖੰਦੇ ਚੁੱਕ ਤੇ ਤੁਸੀਂ ਇਹ ਗਲਾ ਬਣਾ ਸਕਦੇ ਹੋ, ਕਾਲਰ ਇਸ ਤਰ੍ਹਾਂ ਬਣਾ ਸਕਦੇ ਹੋ। ਬਸ ਪਹਿਲੇ ਇੱਕ ਇੱਕ ਅੱਗੇ ਦੋ ਦੋ
ਰਾਉਣ ਮੁਕੰਮਲ ਹੋ ਗਿਆ। ਇਸ ਤਰ੍ਹਾਂ ਆਪਾਂ ਵਾਪਸ ਚੇਨ ਇੱਕ ਦੋ ਤਿੰਨ ਆਪਾਂ ਤਿੰਨ ਡਬਲ ਕਰੇਸ਼ੀਆ ਪਹਿਲੇ ਇੱਕ ਸੀ ਫਿਰ ਦੋ ਦੋ ਤਿੰਨ ਦੋ ਚੇਨ ਤਿੰਨ ਡਬਲ ਕਰੋਸ਼ੀਆ ਅਗਲੇ ਵਿੱਚ ਇਸ ਤਰ੍ਹਾਂ ਇੱਕ ਇੱਕ ਫਿਰ ਦੋ ਦੋ ਫਿਰ ਤਿੰਨ ਤਿੰਨ ਦੋ ਚੇਨ ਤਿੰਨ ਡਬਲ ਕਰੋਸ਼ੀਆ ਅਗਲੇ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਦੋ ਚੇਨ ਡਬਲ ਕਰੋਸ਼ੀਆ ਦੋ ਚੇਨ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਦੋ ਚੇਨ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਦੋ ਚੇਨ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਦੋ ਚੇਨ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਇੱਕ ਡਬਲ ਕਰੋਸ਼ੀਆ ਦੋ ਚੇਨ ਇੱਕ ਦੋ ਦੋ ਡਬਲ ਕਰੋਸ਼ੀਆ ਦੋ ਚੇਨ ਇੱਕ ਦੋ ਤਿੰਨ ਤਿੰਨ ਡਬਲ ਕਰੋਸ਼ੀਆ ਦੋ ਚੇਨ ਵਾਪਸ ਚੇਨ ਚੇਨ ਡਬਲ ਕਰੋਸ਼ੀਆ 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 ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਡਬਲ ਕਰੋਸ਼ੀਆ
ਨੋ ਡਬਲ ਕ੍ਰੇਸ਼ੀਆ ਰੈਵਲੇਸ਼ਨ ਡਬਲ ਕ੍ਰੇਸ਼ੀਆ ਇੱਕ ਦੋ ਡਬਲ ਕ੍ਰੇਸ਼ੀਆ ਤਿੰਨ ਡਬਲ ਕ੍ਰੇਸ਼ੀਆ ਚਾਰ ਡਬਲ ਕ੍ਰੇਸ਼ੀਆ ਪੰਜ ਡਬਲ ਕ੍ਰੇਸ਼ੀਆ ਛੇ ਡਬਲ ਕ੍ਰੇਸ਼ੀਆ ਸੱਤ ਡਬਲ ਕ੍ਰੇਸ਼ੀਆ ਅੱਠ ਡਬਲ ਕ੍ਰੇਸ਼ੀਆ ਨੌ ਨੌ ਡਬਲ ਕ੍ਰੇਸ਼ੀਆ ਤੋਂ ਬਾਅਦ ਅਗਲੇ ਸਟੈਪ ਨੌ ਨੌ ਡਬਲ ਕ੍ਰੇਸ਼ੀਆ ਬਣਾਉਣਾ ਇਸੇ ਤਰ੍ਹਾਂ ਪੂਰਾ ਰਾਉਂਡ ਪੂਰਾ ਆਪਣਾ ਰਾਉਂਡ ਮੁਕੰਮਲ ਹੋ ਗਿਆ ਲਾਸਟ ਆਖਰੀ ਰਾਉਂਡ ਦੋ ਤਿੰਨ ਚਾਰ ਪੰਜ ਛੇ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਸਿੰਗਲ ਕ੍ਰੇਸ਼ੀਆ ਸਿੰਗਲ ਕ੍ਰੇਸ਼ੀਆ ਕੁਦਰਤ ਦੀ ਸ਼ੇਪ ਆ ਗਈ ਇਹ ਦੋ ਅੱਗੇ ਆ ਦੋ ਇਸ ਸਾਈਡ 'ਤੇ ਆ ਗਏ ਦੋ ਇਸ ਸਾਈਡ 'ਤੇ ਘਟਾ ਗਏ ਇੱਕ ਦੋ ਤਿੰਨ ਚਾਰ ਪਿੱਛੇ ਆ ਗਏ ਕਿਉਂਕਿ ਇਸ ਹਿਸਾਬ ਨਾਲ ਬਣਾਉਣਾ ਹੈ ਅਗਰ ਤੁਸੀਂ ਤਿੰਨ ਤਿੰਨ ਇੱਥੇ ਕਰੋ ਛੇ ਛੇ ਪਿੱਛੇ ਆਉਣ ਇਹ ਆਪਾਂ ਦੋ ਇੱਧਰ ਦੋ ਇਸ ਸਾਈਡ 'ਤੇ ਦੋ ਇਸ ਸਾਈਡ 'ਤੇ ਕੋਲ ਅੱਠ ਸਨ ਚਾਰ ਅੱਗੇ ਆ ਗਏ ਇਹ ਚਾਰ ਪਿੱਛੇ ਗਏ ਇੱਕ ਦੋ ਤਿੰਨ ਚਾਰ ਇਹ ਖਿਆਲ ਰੱਖਣਾ ਜਿੰਨੇ ਤੁਸੀਂ ਪਿੱਛੇ ਰੱਖੋ ਇਹ ਡਬਲ ਕਰਕੇ ਅੱਗੋਂ ਪਿੱਛੇ ਆਉਂਦੇ ਇਸ ਤਰ੍ਹਾਂ ਆਉਣ ਅਗਰ ਤੁਸੀਂ ਇਸ ਤਰ੍ਹਾਂ ਕਾਲਰ ਬਣਾਉਣਾ ਚਾਹੋ ਤੁਸੀਂ ਅਗਰ ਜਰਸੀ ਸਵੈਟਰ 'ਤੇ ਬਣਾਉਣਾ ਚਾਹੁੰਦੇ ਉਹਦੇ ਫੰਦੇ ਚੁੱਕ ਲਵੋ ਤੁਸੀਂ ਉਹ ਬਣਾ ਲਵੋ ਅਗਰ ਤੁਸੀਂ ਕਿਸੇ ਜਿੰਦਾ ਬਣਾਉਣਾ ਚਾਹੋ ਉਹਦੇ ਗਲੇ ਦਾ ਨਾਪ ਕਰ ਲਵੋ ਚੇਨ ਬਣਾ ਕੇ ਇਸ ਹਿਸਾਬ ਨਾਲ ਤੁਸੀਂ ਬਣਾ ਸਕਦੇ ਜੀ ਇਹਦੇ ਵਿੱਚ ਪਿਛਾ ਇੱਥੇ ਬਟਨ ਲਾ ਲਵੋ ਡੋਰੀ ਪਾ ਲਵੋ ਆਪਾਂ ਡੋਰੀ ਪਾ ਕੇ ਤੁਹਾਨੂੰ ਬਣਾਉਂਦੇ ਹਾਂ ਆਪਾਂ ਉਹਨੂੰ ਡੋਰੀ ਬਣਾਵਾਂਗੇ ਆਪਣੇ ਹਿਸਾਬ ਨਾਲ ਜਿੰਨਾ ਤੁਹਾਡਾ ਕੋਲਰ ਹੈ ਤੁਸੀਂ ਉਸ ਹਿਸਾਬ ਨਾਲ ਡੋਰੀ ਬਣਾ ਲਵੋ ਇਸ ਤਰ੍ਹਾਂ ਡੋਰੀ ਬਣਾ ਕੇ
ਡੋਰੀ ਬਣਾ ਸਕਦੇ ਹੋ। ਇਹ ਡੋਰੀ ਬਣ ਗਈ ਖਾਣੇ ਦੇ ਵਿੱਚ, ਇਸ ਤਰ੍ਹਾਂ ਆਪਣੀ ਡੋਰੀ ਬਣ ਗਈ। ਇਸ ਹਿਸਾਬ ਨਾਲ ਕਾਲਰ ਬਣ ਕੇ ਤਿਆਰ ਹੋ ਗਿਆ। ਇਸ ਤਰ੍ਹਾਂ ਅਸੀਂ ਇਸ ਤਰ੍ਹਾਂ ਹੀ ਇਹ ਬਣ ਗਿਆ, ਇਸ ਤਰ੍ਹਾਂ ਇਹ ਆਪਣਾ ਕਾਲਰ ਬਣ ਕੇ ਤਿਆਰ ਹੋਇਆ। ਅਗਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਆ ਜੀ। ਅੱਲਾ ਹਾਫਿਜ਼।